ਦੇਖੋ ਅਸੀਂ ਇੱਕ ਨੋਬਲ ਵੇ ਦੇ ਨਾਲ ਸਿੰਬੋਲਿਕਲੀ ਇੱਕ ਪ੍ਰੋਟੈਸਟ ਕਰਨ ਆਏ ਹਾਂ ਜਿਹੜੀਆਂ ਇਹ ਅੰਬਾਨੀਆਂ ਅੰਬਾਨੀਆਂ ਦੇ ਜਿਹੜੇ ਕਾਰਪੋਰੇਟ ਘਰਾਣੇ ਪੰਜਾਬ 'ਚ ਕਬਜ਼ਾ ਕਰਨਾ ਚਾਹੁੰਦੇ ਆ, ਚਾਹੇ ਉਹ ਕਿਸਾਨੀ ਦੇ ਜਿਹੜੇ ਹਿੱਤ ਜਿਹੜੇ ਮਾਰ ਰਹੇ ਆ। ਇਹਦੇ ਵਿੱਚ ਜਿਹੜੀਆਂ ਸਰਕਾਰਾਂ, ਬੇਸ਼ੱਕ ਅੱਜ ਮੋਦੀ ਚਲਾਈ ਜਾਂਦਾ, ਭਾਜਪਾ ਚਲਾਈ ਜਾਂਦੀ, ਪਰ ਮਗਰ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦਾ ਹੱਥ ਹੈ। ਜਿਹੜਾ ਸੋਸ਼ਲਿਜ਼ਮ ਕੰਟਰੀ ਸੀ ਹਿੰਦੁਸਤਾਨ, ਇੱਕ ਸੋਸ਼ਲਿਸਟ ਕੰਟਰੀ ਸੀ, ਕੈਪੀਟਲਿਜ਼ਮ ਵੱਲ ਵੱਧ ਰਿਹਾ, ਪੂੰਜੀਪਤੀਆਂ ਵੱਲ ਵੱਧ ਰਿਹਾ, ਔਰ ਪੰਜਾਬ ਦੇ ਲੋਕ ਏਡੇ ਭੋਲੇ ਭਾਲੇ ਆ। ਸਾਰਿਆਂ ਨੂੰ ਪਹਿਲਾਂ ਇਹਨਾਂ ਨੇ ਟੈਸਟ ਪੈਨ ਲਾਇਆ ਸੀ ਸਾਈਲੋ ਪਲਾਂਟ ਇੱਥੇ ਲਾ ਕੇ, ਕਿ ਇਹਨਾਂ ਨੇ ਪਹਿਲੇ ਸਾਲ ਜਦੋਂ ਫਸਲਾਂ ਆਈਆਂ ਸੀ ਇਹਨਾਂ ਨੇ ਕੁੱਪਣ ਵੀ ਕੱਢੇ, ਟਰੈਕਟਰਾਂ ਦੇ ਨਾਮ ਵੀ ਕੱਢੇ। ਅੱਜ ਇਹਨਾਂ ਦੀ ਜੇ ਇੱਥੇ ਟਰਾਲੀ ਸਿੱਟਣੀ ਹੋਵੇ ਤਾਂ ਇਹਨਾਂ ਦੀਆਂ ਸਿਫਾਰਿਸ਼ਾਂ ਕਰਾਉਣੀਆਂ ਪੈਂਦੀਆਂ, ਔਰ ਹਾਲਾਤ ਇਹ ਹੋ ਗਏ। ਮੈਂ ਅੱਜ ਤੁਹਾਡੇ ਜ਼ਰੀਏ ਬੇਨਤੀ ਕਰਦਾ ਕਿ ਆਉਣ ਵਾਲੀ ਜਿਹੜੀ ਫਸਲ ਹੈ ਆਪਾਂ ਇਹਨਾਂ ਦੇ ਗਡਾਊਨਾਂ 'ਚ ਨਹੀਂ ਸਿੱਟਣੀ ਗੀ। ਸਾਰੇ ਮੋਗੇ ਹਲਕੇ ਦੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਸਾਲ ਆਪਾਂ ਇਹਨਾਂ ਦਾ ਬਾਈਕਾਟ ਕਰੀਏ, ਔਰ ਆਉਂਦੇ ਸਾਲ ਆਪਾਂ ਸਰਕਾਰ ਨੂੰ ਝੁਕਾ ਕੇ ਰੱਖਾਂ। ਟੋਟਲੀ ਇੱਕ ਪੋਲੀਟੀਕਲ ਮਾਈਲੇਜ ਲੈਣ ਦੀ ਗੱਲ ਹੈਗੀ ਆ ਜਿਹੜਾ ਇਹ ਡਰਾਮਾ ਕੀਤਾ ਜਾ ਰਿਹਾ। ਜੇ ਉਹ ਵਾਕਈ ਕਿਸਾਨਾਂ ਦੇ ਹਮਦਰਦ ਹੁੰਦੇ ਤਾਂ ਜਿੱਦਣ ਕੈਬਨਿਟ ਦੀ ਮੀਟਿੰਗ ਹਰਸਿਮਰਤ ਕੌਰ ਬਾਦਲ ਉਹਦੇ ਵਿੱਚ ਮੌਜੂਦ ਸੀ, ਉਸ ਦਿਨ ਉਸ ਕੈਬਨਿਟ ਮੀਟਿੰਗ ਦੇ ਵਿੱਚ ਵਿਰੋਧ ਕਰਦੀ। ਸਟਿਲ ਉਹ ਹਜੇ ਤੱਕ ਕਹਿ ਰਹੀ ਹੈ ਕਿ ਮੈਂ ਜਿਹੜਾ ਹੈਗਾ ਮੈਂ ਬਿੱਲ ਦੇ ਵਿਰੋਧ ਦੇ ਵਿੱਚ ਨਹੀਂ, ਕਿਸਾਨ ਬਿੱਲ ਦੇ ਵਿਰੋਧ ਦੇ ਵਿੱਚ ਆ, ਔਰ ਵਿਰੋਧੀ ਪਾਰਟੀਆਂ ਇਹਨਾਂ ਨੂੰ ਗੁੰਮਰਾਹ ਕਰ ਰਹੀਆਂ। ਅੱਜ ਜਿਹੜੀ ਇਹ ਕੰਟਰੈਕਟ ਫਾਰਮਿੰਗ ਦਾ ਜਿਹੜਾ ਆਰਡੀਨੈਂਸ ਪਾਸ ਹੋਇਆ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨਾਨ ਚੈਲੇਂਜੇਬਲ ਆ। ਇਹਨੂੰ ਕਿਸੇ ਵੀ ਤੁਸੀਂ ਕੋਰਟ ਦੇ ਵਿੱਚ ਚੈਲੇਂਜ ਨਹੀਂ ਕਰ ਸਕਦੇ, ਕਿਤੇ ਨਹੀਂ ਕਰ ਸਕਦੇ। SDM ਤੇ DC ਆ ਜਿਹੜੇ ਉਹ ਮੇਨ ਪਾਵਰ ਨੇ, ਔਰ ਜੇ ਦੇਖੋ ਮੈਨੂੰ ਆਮ ਬੰਦਾ ਦੱਸੋ, ਮੈਨੂੰ ਅੱਧਿਆਂ ਨੂੰ ਤਾਂ ਆ ਖੜੇ ਆ ਇੱਥੇ ਸਾਰੇ, ਕਿੰਨੇ ਵਾਰੀ ਗਏ ਆ ਤੁਸੀਂ DC ਦਫ਼ਤਰ? ਗਏ ਕਦੇ DC? ਇਹਨਾਂ ਨੂੰ ਕਿੱਥੇ ਭਾਊਗਾ ਜਿੱਥੇ ਇਹਨਾਂ ਦਾ ਕਾਰਪੋਰੇਟ ਘਰਾਣਿਆਂ ਦੇ ਨਾਲ ਕੋਈ ਰੌਲਾ ਪੈ ਗਿਆ ਤੇ ਇਹ DC ਨੂੰ ਅਪਰੋਚ ਕਰਨਗੇ ਜੇ ਉਹ ਕਰਨਗੇ? ਉਹਨਾਂ ਦੇ ਤਾਂ ਮੈਨੇਜਰ DC ਨੂੰ SDM ਨੂੰ ਹਰ ਮਹੀਨੇ ਹਰ ਸਾਲ ਦੀਵਾਲੀਆਂ ਦੇਣਗੇ, ਹਰ ਸਾਲ ਗਿਫਟ ਦੇਣਗੇ। DC ਉਹਨਾਂ ਦੀ ਗੱਲ ਸੁਣੂ, SDM ਉਹਨਾਂ ਦੀ ਸੁਣੂ, ਇਹਨਾਂ ਦੀ ਕੌਣ ਸੁਣੂਗਾ? ਸੋ ਇਹ ਬਿਲਕੁਲ ਕਾਲਾ ਕਾਨੂੰਨ ਹੈ ਜਿਹੜਾ ਕਿ ਕੋਰਟਾਂ ਦੇ ਵਿੱਚ ਵੀ ਚੈਲੰਜ ਨਹੀਂ ਹੋ ਸਕਦਾ। ਇਹਨੂੰ ਅਸੀਂ ਸਿਰੇ ਤੋਂ ਨਕਾਰ ਦੇ। ਅੱਜ ਜਿਹੜਾ ਹੈਗਾ ਅਸੀਂ ਇੱਕ ਪਾਰਟੀ ਦੇ ਤੌਰ ਤੇ ਇੱਕ ਸਿੰਬੋਲਿਕ ਵੇ ਨਾਲ ਪ੍ਰੋਟੈਸਟ ਕਰਕੇ ਚੱਲੇ ਆ। ਅਗਲੇ ਸੰਘਰਸ਼ ਦੇ ਵਿੱਚ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਜਿੱਥੇ ਵੀ ਹੋਣਗੀਆਂ, ਵਿਦਆਊਟ ਪਾਰਟੀ ਦਾ ਝੰਡਾ ਸਾਰੇ ਕੁਝ ਦੇ ਜਿੱਥੇ ਸਾਨੂੰ ਬੁਲਾਉਣਗੀਆਂ, ਬੀਂਗ ਏ ਕਿਸਾਨ, ਜਿਵੇਂ ਵੀ ਹਮਦਰਦੀ ਦੇ ਤੌਰ ਤੇ ਅਸੀਂ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਖੜ ਕੇ ਲਾ ਕੇ ਖੜੇ ਆ, ਔਰ ਉਹਨਾਂ ਦੇ ਪ੍ਰੋਟੈਸਟ 'ਚ ਸ਼ਾਮਿਲ ਹੋਵਾਂਗੇ। ਦੇਖੋ ਜੀ, ਅੱਜ ਅਸੀਂ ਜਿਹੜਾ ਮੋਗੇ ਵਿਖੇ ਅਡਾਨੀਆਂ ਦਾ ਜਿਹੜਾ ਇੱਕ ਪਲਾਂਟ ਚੱਲ ਰਿਹਾ, ਇਹਦੇ ਵਿਰੁੱਧ ਅਸੀਂ ਇੱਕ ਸਿੰਬੋਲਿਕ ਮੈਸੇਜ ਦੇਣ ਦੇ ਲਈ ਇੱਥੇ ਪਹੁੰਚੇ ਹਾਂ, ਕਿਉਂਕਿ ਇਹ ਪਲਾਂਟ ਉਸੇ ਕੰਪਨੀ ਦਾ, ਜਿਹੜੀ ਕੰਪਨੀ ਦਾ ਸਭ ਤੋਂ ਵੱਡਾ ਰੋਲ ਹੈ ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਪਾਸ ਕੀਤੇ ਆ, ਇਹਨਾਂ ਦੇ ਲਈ ਉਹ ਪਾਸ ਕੀਤੇ ਆ। ਇਹਨਾਂ ਨੇ ਕਹਿ ਕੇ ਪਾਸ ਕਰਵਾਇਆ ਕਿਉਂਕਿ ਇਹ ਲੋਕ ਹੀ ਉਹ ਕਾਨੂੰਨਾਂ ਰਾਹੀਂ ਪੰਜਾਬ ਦੇ ਵਿੱਚ ਵੜਨਾ ਚਾਹੁੰਦੇ ਆ, ਇਹ ਲੋਕ ਹੀ ਸਾਡੀਆਂ ਜ਼ਮੀਨਾਂ ਹੜੱਪਣਾ ਚਾਹੁੰਦੇ ਆ, ਇਹ ਲੋਕ ਹੀ ਸਾਡੀ MSP ਖਤਮ ਕਰਕੇ ਸਾਡੀ ਫਸਲ ਦੇ ਜਿਹੜੇ ਰੇਟ ਆ ਥੱਲੇ ਸਿੱਟਣਾ ਚਾਹੁੰਦੇ ਆ, ਇਹ ਲੋਕ ਪੰਜਾਬ ਨੂੰ ਖਰੀਦ ਕੇ ਪੰਜਾਬ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ।